इंडिया ਦੇ ਵਿੱਚ ਐਥਲੀਟਸ ਦੀ ਲਾਈਨ ਬਹੁਤ ਲੰਬੀ ਹੈ ਤੇ ਇਹਨਾਂ ਐਥਲੀਟਸ ਚੋਂ ਇੱਕ ਐਸੀ ਐਥਲੀਟ ਹੈ ਜਿਸ ਨੂੰ ਇੰਡੀਅਨ ਹੁਸੈਨ ਬੋਲਟ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਰਾਜ ਸਭਾ ਦੀ ਸੀਟ ਲਈ ਨੋਮੀਨੇਟ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੇਸ਼ ਪਰਦੇਸ ਟੀਵੀ ਤੇ ਮੈਂ ਰਮਨਦੀਪ ਕੌਰ। ਮੈਂ ਗੱਲ ਕਰ ਰਹੀ ਹਾਂ ਪਿਲਾਵਲ ਕੰਟੀ ਤੇਕੇ ਪਰਮਪਿਲ ਊਸ਼ਾ ਦੀ, ਜਿਨ੍ਹਾਂ ਨੂੰ ਪੀਟੀ ਊਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਮੈਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੀ ਹਾਂ। ਪੀਟੀ ਊਸ਼ਾ ਦਾ ਜਨਮ 27 ਜੂਨ 1964 ਨੂੰ ਕੇਰਲ ਦੇ ਪਿਓਲੀ 'ਚ ਹੋਇਆ। ਇਹਨਾਂ ਨੂੰ ਪਿਓਲੀ ਐਕਸਪ੍ਰੈਸ ਤੇ ਕੁਈਨ ਆਫ ਇੰਡੀਅਨ ਟਰੈਕ ਵੀ ਕਿਹਾ ਜਾਂਦਾ ਹੈ। ਪੀਟੀ ਊਸ਼ਾ ਨੇ 4th ਕਲਾਸ 'ਚ ਹੀ ਭੱਜਣਾ ਸ਼ੁਰੂ ਕਰਤਾ ਸੀ। ਉਹਨਾਂ ਦੇ ਕੋਚ ਨੇ ਉਹਨਾਂ ਨੂੰ ਜ਼ਿਲ੍ਹੇ ਦੀ ਚੈਂਪੀਅਨ ਦੇ ਨਾਲ ਮੁਕਾਬਲਾ ਕਰਨ ਲਈ ਕਿਹਾ ਤੇ ਊਸ਼ਾ ਨੇ ਉਸ ਨੂੰ ਹਰਾ ਦਿੱਤਾ ਤੇ ਅਗਲੇ ਕੁਝ ਸਾਲਾਂ ਤੱਕ ਉਹ ਆਪਣੇ ਸਕੂਲ ਵੱਲੋਂ ਸਟੇਟ ਲੈਵਲ ਤੇ ਮੁਕਾਬਲੇ ਵੀ ਜਿੱਤਦੀ ਰਹੀ। ਪੀਟੀ ਊਸ਼ਾ ਦੀ ਮੁਲਾਕਾਤ ਓਐਮ ਨੰਬਿਆਰ ਨਾਲ ਹੋਈ, ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ। ਨੰਬਿਆਰ ਨੂੰ ਮਿਲਣ ਤੋਂ ਬਾਅਦ ਊਸ਼ਾ ਦੇ ਕਰੀਅਰ ਨੂੰ ਇੱਕ ਨਵੀਂ ਉਡਾਨ ਮਿਲੀ। ਉਹਨਾਂ ਨੇ ਊਸ਼ਾ ਨੂੰ ਜ਼ਬਰਦਸਤ ਐਥਲੀਟ ਦੇ ਰੂਪ ਵਿੱਚ ਤਿਆਰ ਕੀਤਾ। ਪੀਟੀ ਊਸ਼ਾ ਦੇ ਕਰੀਅਰ 'ਚ ਕਈ ਉਤਾਰ ਚੜ੍ਹਾਏ। ਪੀਟੀ ਊਸ਼ਾ ਨੇ ਦੱਸਿਆ ਕਿ 1980 ਦੇ ਵਿੱਚ ਖੇਡਾਂ ਦੇ ਹਾਲਾਤ ਬਹੁਤ ਵੱਖਰੇ ਸੀ। ਖੇਡਾਂ 'ਚ ਔਰਤਾਂ ਦੇ ਆਉਣ ਨਾਲ ਬਹੁਤ ਚਰਚਾਵਾਂ ਹੁੰਦੀਆਂ ਸੀ। ਇੱਕ ਐਥਲੀਟ ਨੂੰ ਖੇਡ ਸੁਵਿਧਾਵਾਂ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ। ਸਮਾਜ ਦੇ ਨਾਲ ਨਾਲ ਆਰਥਿਕ ਤੰਗੀਆਂ ਵੀ ਦੇਖਣੀਆਂ ਪੈਂਦੀਆਂ ਸੀ। 1982 'ਚ ਦਿੱਲੀ 'ਚ ਏਸ਼ੀਅਨ ਖੇਡਾਂ 'ਚ ਉਹਨਾਂ ਨੇ 100 ਤੇ 200 ਮੀਟਰ ਦੀ ਦੌੜ 'ਚ ਸਿਲਵਰ ਮੈਡਲਸ ਜਿੱਤੇ ਤੇ ਸਾਲ 1986 ਦੀਆਂ ਏਸ਼ੀਅਨ ਗੇਮਸ 'ਚ ਊਸ਼ਾ ਨੇ 4 ਗੋਲਡ ਮੈਡਲ ਜਿੱਤੇ। ਇਹ 4 ਗੋਲਡ ਮੈਡਲ 1984 'ਚ ਲਾਸ ਏਂਜਲਸ 'ਚ ਹੋਈ ਉਹਨਾਂ ਦੀ ਹਾਰ ਦਾ ਨਤੀਜਾ ਸੀ। ਪੀਟੀ ਊਸ਼ਾ ਨੇ ਦੱਸਿਆ ਕਿ ਭਾਰਤ ਵੱਲੋਂ ਉਸ ਵੇਲੇ ਜਿਹੜੀਆਂ ਖੇਡ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਸੀ ਉਹ ਇੰਨੀਆਂ ਵਧੀਆ ਨਹੀਂ ਸੀ। ਸਾਲ 1984 'ਚ ਲਾਸ ਏਂਜਲਸ ਓਲੰਪਿਕਸ ਦੌਰਾਨ ਆਲੂ ਜਾਂ ਅੱਧਾ ਪੱਕਿਆ ਹੋਇਆ ਚਿਕਨ ਹੀ ਖਾਣਾ ਪੈਂਦਾ ਸੀ, ਲੇਕਿਨ ਉਹਨਾਂ ਨੂੰ ਇਦਾਂ ਦੇ ਖਾਣੇ ਦੀ ਆਦਤ ਨਹੀਂ ਸੀ। ਉਹਨਾਂ ਨੂੰ ਸਿਰਫ ਚੌਲ ਤੇ ਦਲੀਆ ਖਾਣਾ ਪਿਆ, ਹੋਰ ਕੋਈ ਪੋਸ਼ਕ ਆਹਾਰ ਨਹੀਂ ਮਿਲਿਆ, ਜਿਸ ਕਾਰਨ ਊਸ਼ਾ ਦਾ ਪ੍ਰਦਰਸ਼ਨ ਵੀ ਓਲੰਪਿਕਸ ਵਿੱਚ ਖਰਾਬ ਰਿਹਾ। 1991 'ਚ ਪੀਟੀ ਊਸ਼ਾ ਨੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਉਹਨਾਂ ਨੇ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ। ਪਰ ਜਲਦੀ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਖੇਡਾਂ ਦੇ ਬਿਨਾਂ ਨਹੀਂ ਰਹਿ ਸਕਦੇ ਤੇ 1993 'ਚ ਉਹਨਾਂ ਨੇ ਫਿਰ ਸਪੋਰਟਸ ਦੀ ਦੁਨੀਆ ਵਿੱਚ ਪੈਰ ਰੱਖਿਆ ਤੇ ਉਹਨਾਂ ਦੇ ਸਾਰੇ ਕਰੀਅਰ ਦੌਰਾਨ ਓਐਮ ਨੰਬਿਆਰ ਹੀ ਉਹਨਾਂ ਦੇ ਕੋਚ ਰਹੇ। ਪੀਟੀ ਊਸ਼ਾ ਇੱਕ ਐਸੀ ਐਥਲੀਟ ਹੈ ਜਿਸਨੇ ਇੰਡੀਆ ਦੇ ਲਈ ਇੰਟਰਨੈਸ਼ਨਲ ਲੈਵਲ ਤੇ 103 ਮੈਡਲਸ ਜਿੱਤੇ ਨੇ ਤੇ ਉਹਨਾਂ ਨੂੰ ਇੰਡੀਅਨ ਸਰਕਾਰ ਵੱਲੋਂ ਅਰਜੁਨ ਐਵਾਰਡ ਤੇ ਪਦਮ ਸ਼੍ਰੀ ਐਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਸੀਟ ਲਈ ਵੀ ਨੋਮੀਨੇਟ ਕੀਤਾ ਗਿਆ ਹੈ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਸਟੋਰੀ ਵਧੀਆ ਲੱਗੀ ਹੋਏਗੀ। ਇਦਾਂ ਦੀਆਂ ਹੋਰ ਸਟੋਰੀਜ਼ ਨੂੰ ਦੇਖਣ ਦੇ ਲਈ ਦੇਸ਼ ਪਰਦੇਸ ਟੀਵੀ ਦੇ ਨਾਲ ਜੁੜੇ ਰਹੋ।